ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਕੱਲ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਗੱਲ ਕੀਤੀ ਸੀ ਕਿ ਜੇਕਰ ਸਾਨੂੰ ਡੀਏਪੀ ਖਾਦ ਨਹੀਂ ਮਿਲਦੀ ਤਾਂ ਅਸੀਂ 0460 ਜਿਹਨੂੰ TSP ਕਹਿੰਦੇ ਆ ਉਹ ਆਪਾਂ ਖੇਤਾਂ 'ਚ ਵਰਤ ਸਕਦੇ ਹਾਂ ਕਈ ਕਿਸਾਨ ਵੀਰਾਂ ਦੇ ਇਸ ਤਰੀਕੇ ਦੇ ਕਮੈਂਟ ਆਏ ਸੀਗੇ ਕਿ ਭਾਈ ਜੇਕਰ ਇਹਨਾਂ ਕੋਲੇ ਫਾਸਫੋਰਸ ਹੁੰਦੀ ਤੇ ਡਾਈ ਨਾ ਬਣਾ ਲੈਂਦੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕੇਂਦਰ ਸਰਕਾਰ ਨੇ ਡੀਏਪੀ ਜਾਂ ਫਾਸਫੋਰਸ ਜਾਂ ਹੋਰ ਖਾਦਾਂ ਉਤੇ ਜਿਹੜੀ ਸਬਸਿਡੀ ਹੈ ਇਹਦੀ ਰਿਵਿਜ਼ਨ 30 ਨਵੰਬਰ ਤੋਂ ਬਾਅਦ ਕਰਨੀ ਸੀਗੀ ਚਾਈਨਾ ਦਾ ਘਟਨਾਕਰਮ ਹੋਇਆ ਰੂਸ ਯੂਕਰੇਨ ਦਾ ਯੁੱਧ ਹੋਇਆ ਤਾਂ ਕਈ ਸਾਰੇ ਕਾਰਨਾ ਕਰਕੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਫਾਸਫੋਰਸ ਦੇ ਰੇਟ ਵਧ ਗਏ ਸੀਗੇ ਅਸੀਂ ਡਾਈ ਸਾਰੀ ਭਾਰਤ ਦੇ ਵਿੱਚ ਤਿਆਰ ਨਹੀਂ ਕਰਦੇ ਇੱਕ ਡਾਈ ਦਾ ਬਹੁਤ ਵੱਡਾ ਹਿੱਸਾ ਅਸੀਂ ਬਾਹਰਲੇ ਦੇਸ਼ਾਂ ਤੋਂ ਇੰਪੋਰਟ ਕਰਦੇ ਹਾਂ ਤਾਂ ਜਦੋਂ ਅਸੀਂ ਇੰਪੋਰਟ ਕਰਦੇ ਹਾਂ ਤਾਂ ਸਬਸਿਡੀ ਜਿਹੜੀ ਹੈਗੀ ਉਸ ਹਿਸਾਬ ਨਾਲ ਇਨਕਰੀਜ਼ ਨਹੀਂ ਹੋਈ ਸੀ ਲੇਕਿਨ ਫਾਸਫੋਰਸ ਦੇ ਰੇਟ ਵਧ ਗਏ ਸੀਗੇ ਜੇਸ ਕਰਕੇ ਅਸੀਂ ਟਾਈਮਲੀ ਆਪਣੀ ਫਾਸਪੋਰਟ ਜਿਹੜੀ ਹੈਗੀ ਆ ਉਹਦੀ ਪੂਰਤੀ ਨਹੀਂ ਕਰ ਸਕੇ ਉਸ ਤੋਂ ਬਾਅਦ ਦੇ ਵਿੱਚ ਕੀ ਹੈ ਕਿ ਸਾਨੂੰ ਅਸੀਂ ਜਦੋਂ ਸਾਡੀ ਸਬਸਿਡੀ ਰਿਵੀਜ਼ਨ ਹੁੰਦੀ ਹੈ ਐਸ ਸਮੇਂ ਸਬਸਿਡੀ ਦਾ ਇਹ ਹੋ ਗਿਆ ਕਿ ਜੋ ਮਾਰਕੀਟ ਦਾ ਰੇਟ ਹੈਗਾ ਉਸ ਦੇ ਆਧਾਰ ਤੇ ਸਬਸਿਡੀ ਮਿਲੇਗੀ ਹੁਣ ਪੱਕਾ ਫਿਕਸ ਰੇਟ ਨਹੀਂ ਰੱਖਿਆ ਉਹਨਾਂ ਨੇ ਜਿਹੜਾ ਚੰਗਾ ਕਦਮ ਹੈਗਾ ਤਾਂ ਇਸ ਤੋਂ ਬਾਅਦ ਫਿਰ ਸਾਨੂੰ ਆਪਣੀ ਭਾਰਤਰੀ ਲੋਡ ਪੂਰੀ ਕਰਨ ਵਾਸਤੇ ਜਿੱਥੋਂ ਇਥੋਂ ਫਾਸਪੋਰਟ ਤੱਕ ਮਿਲਿਆ ਅਸੀਂ ਉੱਥੋਂ ਲਿਆਂਦਾ ਜੇ ਸਾਨੂੰ ਮਰੱਕੋ ਤੋਂ TSP ਮਿਲਿਆ ਅਸੀਂ TSP ਲਿਆਂਦਾ ਜੇ ਸਾਨੂੰ 10 26 26 ਮਿਲਿਆ ਸੀ 10 26 26 ਲਿਆਂਦਾ ਜੋ ਵੀ ਸਾਨੂੰ ਫਾਸਫਰ ਦੀ ਫਾਰਮ ਜਿੱਥੋਂ ਵੀ ਮਿਲੀ ਅਸੀਂ ਉਹ ਲਿਆ ਕੇ ਆਪਣੇ ਭਾਰਤ ਦੇ ਕਿਸਾਨਾਂ ਨੂੰ ਲਿਆ ਕੇ ਦਿੱਤੀ ਤਾਂ ਕਹਿਣ ਦਾ ਮਤਲਬ ਇਹ ਹੈਗਾ ਕਿ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ TSP 10PK DAP ਇਹਦੇ ਵਿੱਚੋਂ ਮੈਂ ਕੀ ਵਰਤਾਂ ਇੱਕ ਅਲੱਗ ਤੋਂ ਵੀਡੀਓ ਅਪਲੋਡਡ ਹੈ ਕਿ ਕਿਹੜੀ-ਕਿਹੜੀ ਖਾਦ ਦੇ ਵਿੱਚੋਂ ਕੀ-ਕੀ ਮਿਲਦਾ ਉਹ ਕਿੰਨੀ ਮਹਿੰਗੀ ਪਏਗੀ ਕਿੰਨੀ ਸਸਤੀ ਪਏਗੀ ਇਹ ਸਾਰੀ ਗੱਲਬਾਤ ਆਪਾਂ ਉਸ ਦੇ ਵਿੱਚ ਕੀਤੀ ਹੋਈ ਹੈ ਤਾ ਮੈਂ ਸਿਰਫ ਇੱਥੇ ਕਹਿਣਾ ਚਾਹਣਾ ਹੈ ਕਿ ਇਹ ਖਾਦਾਂ ਇੰਪੋਰਟਡ ਨਹੀਂ ਬਾਹਰੋਂ ਇੰਪੋਰਟ ਹੋ ਰਹੀਆਂ ਨੇ ਇਨ੍ਹਾਂ ਖਾਦਾਂ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਉਹ ਦਰੋਂ ਆਈ ਹੈ ਉਸ ਸਮੇਂ ਸਿੰਪਲ ਟੈਸਟਿੰਗ ਹੁੰਦੀ ਹੈ ਫਿਰ ਜਦੋਂ ਸਾਡੀ ਬੰਦਰਗਾਹ ਤੇ ਉਤਰਦੀ ਹੈ ਉਸ ਸਮੇਂ ਸਿੰਪਲ ਟੈਸਟਿੰਗ ਹੁੰਦੀ ਹੈ ਤਾਂ ਉਹ ਖਾਦ ਜਿਹੜੀ ਹੈਗੀ ਸਹੀ ਹੋਏਗੀ ਹਾਂ ਬਸ਼ਰਤੇ ਕਿ ਸਾਡੇ ਇੱਥੇ ਆ ਕੇ ਕੋਈ ਮਿਲਾਪਟ ਨਾ ਹੋਵੇ ਹਨਾ ਜੇ ਇੱਥੇ ਕੋਈ ਮਿਲਾਪਟ ਹੋਏ ਤਾਂ ਮੈਂ ਕੀ ਕਹਿ ਸਕਦਾ ਹਾਂ ਲੇਕਿਨ ਇਹ ਜਿਹੜੀਆਂ ਇੰਪੋਰਟਡ ਖਾਦਾਂ ਦੋ ਵਾਰ ਟੈਸਟਿੰਗ ਹੋ ਕੇ ਸਾਡੇ ਕੋਲ ਆਈਆਂ ਹੈ ਤਾਨੂੰ ਆਪਣੀ ਫਸਲ ਬੀਜਣ ਵਾਸਤੇ ਜਿਹੜੀ ਖਾਦ ਮਿਲਦੀ ਹੈ ਉਹਨੂੰ ਲੈ ਕੇ ਆਪਣਾ ਫਸਲ ਬੀਜਣ ਦਾ ਪ੍ਰਬੰਧ ਕਰੋ ਇਹ ਨਹੀਂ ਹੈਗਾ ਕਿ ਮੈਂ 10 26 26 ਨਹੀਂ ਲੈਣੀ ਮੈਂ 12 32 16 ਨਹੀਂ ਲੈਣੀ ਮੈਂ 0 46 0 ਨਹੀਂ ਲੈਣੀ ਇਹ ਖਾਦਾਂ ਦਾ ਲਗਭਗ ਉਹ ਹੈ ਜਿਹੜੀਆਂ ਕਿ ਤੁਹਾਨੂੰ ਡੀਪੀ ਦੇ ਬਰਾਬਰ ਪੈਂਦੀਆਂ ਠੀਕ ਹੈ ਕਿ 20 20 13 ਸਾਨੂੰ ਕੌਸਟਲੀ ਪੈ ਜਾਂਦੀ ਹੈ ਐਨਪੀਕੇ 16 16 ਕੌਸਟਲੀ ਪੈ ਜਾਂਦੀ ਹੈ ਪਰੰਤੂ ਇਸੇ ਲਈ ਕਹਣਾ ਹੈ ਕਿ ਜਿਹੜੀਆਂ ਖਾਦਾਂ ਦੀ ਅਵੇਲੇਬਿਲਟੀ ਹੈਗੀ ਹੈ ਤਾਨੂੰ ਕੋਈ 0460 ਮਿਲ ਰਹੀ ਹੈ ਤੁਹਾਨੂੰ 123216 ਮਿਲ ਰਹੀ ਹੈ ਤੁਹਾਨੂੰ 102626 ਮਿਲ ਰਹੀ ਹੈ ਤੁਹਾਨੂੰ ਕਿਸੇ ਕੰਪਨੀ ਦੀ ਚੰਗੀ ਕੰਪਨੀ ਡਾਇਆ ਮਿਲ ਰਹੀ ਹੈ ਤਾਂ ਉਹ ਲੈ ਕੇ ਆਪਣੀ ਕਣਕ ਬੀਜਾਂ ਦਾ ਪ੍ਰਬੰਧ ਕਰੋ ਇਹ ਨਾ ਹੋਵੇ ਕਿ ਆਪਾਂ ਇਹ ਕਹਿੰਦੇ ਰਹੀ ਕਿ ਨਹੀਂ ਮੈਂ ਫਲਾਨੀ ਖਾਦ ਆਉਗੀ ਤੋ ਲਾਵਾਂਗਾ ਕੁਛ ਨਾ ਕੁਛ ਆਪਣੇ ਅੰਦਰ ਕਰੋ ਤਾਂ ਕਿ ਤੁਹਾਡੇ ਉੱਪਰ ਜਿਹੜਾ ਹੈਗਾ ਦਿਮਾਗੀ ਟੈਨਸ਼ਨ ਹੈਗੀ ਆ ਉਹ ਦੂਰ ਹੋਵੇ ਤੇ ਆਹ ਜਿਹੜੀਆਂ ਪ੍ਰਾਂਤੀਆਂ ਹੈਗੀਆਂ ਕਿ ਵੀ ਜੇ ਇਹਨਾਂ ਕੋਲੇ ਫਾਸਫੋਰਸ ਹੁੰਦੀ ਤੇ ਫਲਾਨੀ ਬਣਾ ਲੈਣੀ ਸੀ ਦੇਖੋ ਮੇਰਾ ਕਿਸੇ ਸਰਕਾਰੀ ਦਰਜ ਨਾਲ ਕੋਈ ਸਬੰਧ ਨਹੀਂ ਮੇਰਾ ਕਿਸੇ ਕੰਪਨੀ ਨਾਲ ਕੋਈ ਸਬੰਧ ਨਹੀਂ ਮੇਰਾ ਸਿਰਫ ਸਬੰਧ ਮੇਰੇ ਕਿਸਾਨ ਦੇ ਨਾਲ ਹੈ ਠੀਕ ਹੈ ਇਸ ਲਈ ਮੈਂ ਕਹਿ ਰਿਹਾ ਕਿ ਜਿਹੜੀਆਂ ਖਾਦਾਂ ਨੇ ਇੱਕ ਵਾਰੀ ਆਪਾਂ ਕਰਨ ਕੇ ਬਿਜ਼ਨਸ ਤੇ ਅੱਧ ਪਚਾਦ ਦਾ ਪ੍ਰਬੰਧ ਕਰੋ ਉਸ ਤੋਂ ਬਾਅਦ ਦੇ ਵਿੱਚ ਜੇਕਰ ਡਾਈ ਦੀਆਂ ਅਗਰ ਰਹਿਕ ਲਗਣੇ ਕੋਈ ਕੋਈ ਦੋਰ ਹੈ ਨਹੀਂ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਡੀਏਪੀ ਦੇ ਜਿਹੜੇ ਸ਼ਿਪ ਹੈ ਉਹ ਆਉਣ ਵਾਲੇ ਹੈ ਜਿਵੇਂ ਉਹ ਸ਼ਿਪ ਆ ਜਾਂਦੇ ਆ ਤੇ ਫਿਰ ਸਾਨੂੰ ਜਿਹੜਾ ਹੈਗਾ ਡੀਏਪੀ ਵੀ ਮਿਲੇਗੀ ਪਰੰਤੂ ਜੇਕਰ ਤੁਸੀਂ ਕੁਝ ਕੁਝ ਦੂਜੇ ਤਰੀਕੇ ਦੇ ਨਾਲ ਪੂਰਾ ਕਰ ਲੈਨੇ ਹੋ ਤਾਂ ਤੁਹਾਡਾ ਡੀਏਪੀ ਦੇ ਉੱਪਰ ਜਿਹੜਾ ਲੋਡ ਹੈਗਾ ਉਹ ਘੱਟ ਜਾਏਗਾ ਤਾਂ ਮੇਰੀ ਬੇਨਤੀ ਹੈ ਕਿ ਬਾਕੀ ਜਿਹੜੀਆਂ ਖਾਦਾਂ ਹੈਗੀਆਂ ਉਹਨਾਂ ਨੂੰ ਵੀ ਤਰਜੀਹ ਦੇਵੋ ਕੱਲਾ ਡੀਏਪੀ ਦੇ ਉੱਪਰ ਨਾ ਰੋ ਹਾਂ ਕਈ ਵਾਰੀ ਹੁੰਦਾ ਕੀ ਹੈ ਜਿਵੇਂ ਅੱਜ ਕਿਸਾਨ ਵੀਰ ਨੇ ਕਿਹਾ ਕਿ ਮੈਂ ਪਿਛਲੀ ਵਾਰੀ ਆਲੂ ਦੇ ਵਿੱਚ 4 ਗੱਟੇ ਡੀਏਪੀ ਤੇ ਦੀ ਜਗ੍ਹਾ ਤੇ 5 ਗੱਟੇ 12 32 16 ਦੇ ਪਾਏ ਰਿਜ਼ਲਟ ਨਹੀਂ ਆਇਆ ਦੇਖੋ 4 ਗੱਟੇ ਦੇ ਬਰਾਬਰ 5 ਗੱਟੇ ਕੰਮ ਨਹੀਂ ਕਰਨਗੇ 4 ਗੱਟੇ ਦੇ ਬਰਾਬਰ ਲਗਭਗ 6 ਗੱਟੇ ਕੰਮ ਕਰਨਗੇ ਇਸ ਜਿਹੜਾ ਹੈਗਾ ਤੇ 046 0 ਨਾ ਗੰਮ ਕਰ ਰਹੇ ਹਾਂ ਤੋਰੇ ਨਾਲ ਤੁਹਾਨੂੰ ਯੂਰੀਆ ਥਲੇ ਛਿੱਟਾ ਦੇਣਾ ਪਏਗਾ ਇਹ ਇੱਕ ਵੀਡੀਓ ਹੈ ਸਾਰੀਆਂ ਤੇ ਤੁਸੀਂ ਉੱਥੇ ਦੇਖ ਕੇ ਇਹਨਾਂ ਖਾਦਨ ਲੋ ਛੇ ਇੱਕ ਵੀਰ ਕਹਿ ਰਿਹਾ ਸੀ ਕਿ ਮੈਨੂੰ ਕੋਈ ਕਹਿ ਰਿਹਾ ਕਿ ਖੁਰਨੀ ਨਹੀਂ ਯਾਰ ਇਹੋ ਜੀ ਗੱਲ ਨਹੀਂ ਹੈਗੀ ਜਿਹੜੀ ਚੀਜ਼ ਅਸੀਂ ਇੰਪੋਰਟ ਕਰਕੇ ਲਿਆਂਦੀ ਹੈ ਮੈਂ ਕਿ 046 0 ਦੇ ਬਾਰੇ ਤੁਸੀਂ ਪੜ੍ਹੋਗੇ ਨਾ ਤੇ ਦੁਨੀਆ ਬਹੁਤ ਦੇਰ ਤੋਂ ਉਸ ਨੂੰ ਵਰਤ ਰਹੀ ਹੈ ਉਹ ਵੱਖਰੀ ਗੱਲ ਹੈ ਕਿ ਅਸੀਂ ਇਹਨੂੰ ਨਹੀਂ ਵਰਤ ਰਹੇ ਸੀਗੇ ਜੋ ਅਸੀਂ ਪੜਦੇ ਸੀਗੇ ਅਸੀਂ ਉਦੋਂ ਵੀ ਇਸ ਖਾਦ ਦੇ ਬਾਰੇ ਪੜਦੇ ਸੀਗੇ ਅਸੀਂ ਸਿੰਗਲ ਸੂਪਰ ਫਾਸਫੇਟ ਡਬਲ ਸੂਪਰ ਫਾਸਫੇਟ ਟ੍ਰਿਪਲ ਸੂਪਰ ਫਾਸਫੇਟ ਇਹਨਾਂ ਦੇ ਬਾਰੇ ਪੜਦੇ ਸੀਗੇ ਪਰੰਤੂ ਠੀਕ ਹੈ ਸਾਡੇ ਭਾਰਤ ਦੇ ਵਿੱਚ ਇਹ ਖਾਦਾਂ ਨਹੀਂ ਆ ਰਹੀਆਂ ਸੀ ਜੇਕਰ ਹੁਣ ਸਾਨੂੰ ਲੋੜ ਪਈ ਅਸੀਂ ਦੁਨੀਆ 'ਚ ਘੁੰਮਿਆਂ ਤੂੰ ਹੀ ਖਾਦ ਦੇ ਤੂੰ ਵੀ ਖਾਦ ਦੇ ਤੂੰ ਵੀ ਖਾਦ ਦੇ ਦੇ ਤਾਂ ਆਖਰ ਤੇ ਕੁਲ ਮਿਲਾ ਕੇ ਜੋ ਹੈਗਾ ਸਾਡੀ ਇਹ ਤਾਂ ਜ਼ਰੂਰਤ ਪੂਰੀ ਹੋ ਰਹੀ ਹੈ ਪਰ ਮੇਰੇ ਖਿਆਲ ਦੇ ਵਿੱਚ ਜਿਹੜਾ ਹੈਗਾ ਸਾਨੂੰ ਇਹਦੇ ਬਾਰੇ ਜੋ ਭ੍ਰੰਟੀਆਂ ਫੈਲ ਰਹੀਆਂ ਉਹਨਾਂ ਤੋਂ ਬਾਹਰ ਨਿਕਲ ਕੇ ਆਪਦੀ ਕਣਕ ਦੀ ਬਜਾਈ ਵਾਸਤੇ ਖਾਦ ਆਪਣੇ ਹੱਥ ਥੇੜ ਕਰਨੀ ਚਾਹੀਦੀ ਹੈ ਤਾਂ ਇਹ ਹੀ ਕਹਿਣਾ ਚਾਹਾਂਗਾ ਅਮੀਰ ਕਰਦਾ ਹੈ ਕਿ ਇਹ ਜਾਣਕਾਰੀ ਲਾਈਵਾਂ ਸਾਥ ਹੋਏਗੀ ਧੰਨਵਾਦ ਦੋਸਤੋ ਮੀਰ ਬਣੇ ਦੋਸਤੋ